असी हालांकि कुछ जिहड़ियां माड़ियां चीज़ां ने वो असी इत्थे नाल दी नाल लै के आउंदे आ, सानू वो उत्थे ही छड्ड के आउणियां चाहीदियां। करप्शन भी उहदे विच आउंदी है, असी करप्शन नू बहुत उपर चुक के लै गए साडी कम्यूनिटी। पंजाबी बोली नू, पंजाबी कल्चर नू असी मिस करदे आ। असी इहनू अपने शाबाश ये नहीं कह दे रहे भी हाँ भाई असी तां कमाल आ, कमाल इत्थे कोई नहीं, साडी मजबूरी आ। ਕੰਮ ਨਹੀਂ ਹੈਗਾ, ਹੁਣ ਲੋਕ ਡਿਪਰੈਸ ਹੋ ਗਏ। ਕੀ 1989 ਦੇ ਵਿੱਚ ਜਾਂ 2000 ਦੇ ਵਿੱਚ ਜਾਂ 90 ਦੇ ਵਿੱਚ ਇੰਨਾ ਸੌਖਾ ਸੀ ਕੰਮ ਮਿਲਣਾ ਕਿ ਆਉਂਦੇ ਹੀ ਪੈਸੇ ਆ ਜਾਂਦੇ ਸੀ? ਜੀ ਜੀ ਬਿਲਕੁਲ। ਮੈਂ ਇੱਥੇ ਆ ਕੇ ਖੁਦ ਕਲੀਨਅਪ ਕੀਤੀ ਹੋਈ, ਡਬਲ ਡਬਲ ਸ਼ਿਫਟ ਮੈਂ ਕੰਮ ਕੀਤਾ। ਔਰ ਜਿਹੜਾ ਬੰਦਾ ਇਹਨਾਂ ਕੰਟਰੀਜ਼ ਦੇ ਵਿੱਚ ਕੰਮ ਕਰਦਾ ਉਹ ਕਹਿੰਦੇ ਬੇਰੰਗਲੇ ਪੰਜਾਬ ਰੰਗਲੇ ਪੰਜਾਬ ਦਿਸੇ ਪਤ ਸੁਣਾਵਾਂ ਜੀ, ਜਿੱਥੇ ਰੱਬ ਵਰ ਗਈਆਂ ਮਾਵਾਂ, ਧਰਤੀ ਪੰਜ ਦਰਿਆ ਦੀ ਰਾਣੀ, ਉਹ ਜਿਸ ਦਾ ਸ਼ਰਬਤ, ਉਹ ਜਿਸ ਦਾ ਸ਼ਰਬਤ ਵਰਗਾ ਪਾਣੀ, ਜਿਸ ਦਾ ਅੰਮ੍ਰਿਤ ਵਰਗਾ ਪਾਣੀ, ਉਹ ਬੱਲੇ 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 ਬੱਲੇ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅਤੇ ਕੈਨੇਡਾ ਦੀ ਬੜੀ ਖੂਬਸੂਰਤੀ ਹੈ, ਸੋ ਉਹ ਜਿਹੜੀ ਖੂਬਸੂਰਤੀ ਹੈ ਸਾਨੂੰ ਮਾਨਣ ਨੂੰ ਮਿਲਦੀ ਹੈ ਵੱਖਰੇ ਵੱਖਰੇ ਸੀਜ਼ਨਸ ਦੇ ਨਾਲ। ਇਸ ਵੇਲੇ ਨਾ ਫਾਲ ਸੀਜ਼ਨ ਚੱਲ ਰਿਹਾ, ਪਰ ਆਈ ਨੋ ਕਿ ਤੁਹਾਨੂੰ ਫਾਲ ਦੀ ਬਹੁਤ ਜ਼ਿਆਦਾ ਫੀਲ ਤਾਂ ਨਹੀਂ ਆ ਰਹੀ ਹੋਏਗੀ, ਪਰ ਜਦੋਂ ਅਸੀਂ ਪਤਝੜ ਦੀ ਸੀਜ਼ਨ ਦੇ ਬਦਲਣ ਦੀ ਗੱਲ ਕਰਦੇ ਹਾਂ ਨਾ, ਤਾਂ ਸਾਡੇ ਨਾਲ ਕੁਛ ਐਸੀਆਂ ਪਰਸਨੈਲਿਟੀਜ਼ ਹੁੰਦੀਆਂ ਜਿਹੜੀਆਂ ਆਪਣੇ ਐਕਸਪੀਰੀਅੰਸਿਸ ਤੋਂ ਉਹਨਾਂ ਮੌਸਮ ਨੂੰ ਹੋਰ ਜ਼ਿਆਦਾ ਬਿਊਟੀਫੁਲ ਬਣਾਉਣ ਦੇ ਵਿੱਚ ਗੱਲਬਾਤ ਨੂੰ ਕਾਮਯਾਬ ਕਰ ਦਿੰਦੀਆਂ। ਸੋ ਅੱਜ ਸਾਡੇ ਨਾਲ ਮੌਜੂਦ ਨੇ ਸਰਬਜੀਤ ਚੀਮਾ ਜੀ, ਉਹਨਾਂ ਦਾ ਸਵਾਗਤ ਕਰਦੇ ਹਾਂ ਅਤੇ ਫਿਰ ਗੱਲਬਾਤ ਦਾ ਸਿਲਸਿਲਾ ਅੱਗੇ ਤੋਰਾਂਗੇ। ਸਰਬਜੀਤ ਜੀ ਬਹੁਤ ਬਹੁਤ ਸਵਾਗਤ, ਸਤਿ ਸ਼੍ਰੀ ਅਕਾਲ। ਬਹੁਤ ਬਹੁਤ ਧੰਨਵਾਦ ਜੀ, ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਹਾਨੂੰ ਵੀ ਕਬੂਲ ਹੋਵੇ ਔਰ ਸਾਡੇ ਸਾਰੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਹੈ? ਬਹੁਤ ਵਧੀਆ ਜੀ, ਕਿਰਪਾ ਜੀ। ਅੱਛਾ, ਮੌਸਮ ਨਾਲ ਰਿਲੇਟ ਇਸ ਕਰਕੇ ਕੀਤਾ ਕਿਉਂਕਿ ਮੌਸਮ ਦੇ ਨਾਲ ਨਾ ਖਾਸ ਕਰਕੇ ਕੈਨੇਡਾ ਦੇ ਵਿੱਚ ਲੋਕਾਂ ਦੇ ਦਿਲਾਂ ਦੇ ਹਾਲਾਤ ਵੀ ਉਸ ਤਰ੍ਹਾਂ ਹੀ ਬਦਲਦੇ ਆ। ਗਰਮੀ ਜੀ ਆਉਂਦੀ ਹੈ, ਤਿਆਰ ਹੋਣ ਦਾ ਦਿਲ ਕਰਦਾ ਹੈ, ਉਹ ਤੋਂ ਬਾਅਦ ਬਾਰਿਸ਼ ਜੀ ਆਉਂਦੀ ਹੈ, ਪਕੌੜੇ ਖਾਣ ਦਾ ਜੀ ਕਰਦਾ ਹੈ। ਹੁਣ ਫਾਲ ਆਉਂਦਾ ਹੈ ਤਾਂ ਬੰਦਾ ਕਹਿੰਦਾ ਕਿ ਯਾਰ ਠੰਡ ਦਾ ਸੰਕੇਤ ਹੈ, ਤੇ ਫਿਰ ਜਦੋਂ ਸਨੋ ਪੈਣ ਦੀ ਤਿਆਰੀ ਹੁੰਦੀ ਹੈ ਤਾਂ ਦਿਲ ਦੇ ਵਿੱਚ ਕੁਝ ਹੋਣ ਲੱਗ ਜਾਂਦਾ ਹੈ। ਸੋ ਪਹਿਲਾਂ ਤਾਂ ਪਤਝੜ ਦੇ ਨਾਲ ਮੂਡ ਨੂੰ ਕਿਵੇਂ ਰਿਲੇਟ ਕਰਦੇ ਹੋ? ਪਤਝੜ ਦੇ ਨਾਲ ਜੀ ਜਿਹੜਾ ਮੂਡ ਹੈ ਉਹ ਬੇਸਿਕਲੀ ਬਹੁਤ ਚੀਜ਼ਾਂ ਸਿਖਾਉਂਦਾ ਮੇਰੇ ਹਿਸਾਬ ਨਾਲ, ਜੇ ਤੁਸੀਂ ਸਿੱਖਣਾ ਚਾਹੋ ਤਾਂ। ਜਿਹੜੀ ਨੇਚਰ ਹੈ ਇਹ ਸਦਾ ਪਹਿਲਾਂ ਤੋਂ ਬਣੀ ਆਈ ਹੈ ਜੀ, ਇਨਸਾਨ ਬਾਅਦ 'ਚ ਬਣਿਆ। ਔਰ ਜਿਹੜੀ ਨੇਚਰ ਆ ਇਹ ਇਨਸਾਨ ਨੂੰ ਬਹੁਤ ਕੁਝ ਸਿਖਾਉਂਦੀ ਆ ਜੇ ਪਰ ਇਨਸਾਨ ਸਿੱਖਣਾ ਚਾਹੁੰਦਾ ਹੋਵੇ ਜੀ। ਅਤੇ ਪਤਝੜ ਇਵੇਂ ਮੈਂ ਕਹਿ ਸਕਦਾ ਵੀ ਜਿਵੇਂ ਇੱਕ ਜ਼ਿੰਦਗੀ ਹੈ ਜੀ ਸਾਡੀ, ਉਹਦੇ ਵਿੱਚ ਖੁਸ਼ੀਆਂ ਵੀ ਆਉਂਦੀਆਂ ਅਤੇ ਗਮੀਆਂ ਵੀ ਆਉਂਦੀਆਂ, ਉਦਾਸੀ ਵੀ ਆਉਂਦੀ ਆ, ਔਰ ਬੰਦਾ ਸੈਂਟੀਮੈਂਟਲ ਵੀ ਹੁੰਦਾ ਅਤੇ ਬਹੁਤ ਜ਼ਿਆਦਾ ਓਵਰ ਐਕਸਾਈਟਡ ਵੀ ਹੁੰਦਾ। ਇਹ ਚੀਜ਼ਾਂ ਜਿਹੜੀਆਂ ਇਹ ਕੁਦਰਤ ਦੇ ਵਿੱਚੋਂ ਅਸੀਂ ਇਹਨਾਂ ਨੂੰ ਬੁੱਝ ਨਹੀਂ ਪਾਉਂਦੇ, ਕੁਦਰਤ ਦੇ ਵਿੱਚੋਂ ਹੀ ਨਿਕਲੀਆਂ ਹੋਈਆਂ ਸੀ। ਅਤੇ ਉਹਦਾ ਜਿੱਦਾਂ ਜਿੱਦਾਂ ਕੁਦਰਤ ਦੇ ਨਜ਼ਾਰੇ ਬਦਲਦੇ ਆ, ਉੱਦਾਂ ਉਹਦਾ ਜਿਹੜਾ ਇਨਸਾਨ ਆ ਉਹਦਾ ਮੂਡ ਜਿਹੜਾ ਜੀ ਉਹ ਵੀ ਉਵੇਂ ਬਦਲਦਾ। ਕੀ ਬਾਤ ਹੈ! ਅੱਛਾ, ਤੁਹਾਡੀ ਜਰਨੀ ਬੜੀ ਖੂਬਸੂਰਤ। ਤੁਹਾਨੂੰ ਮੇਰਾ ਜਵਾਬ ਬਹੁਤ ਵਧੀਆ ਲੱਗਿਆ ਨਾ? ਵੈਰੀ ਬਿਊਟੀਫੁਲ, ਥੈਂਕ ਯੂ। ਅੱਛਾ, ਦੱਸੀਏ ਕਿ ਜਦੋਂ ਲੋਕ ਨਾ ਕੈਨੇਡਾ ਦੇ ਬਾਰੇ ਕੈਨੇਡਾ ਹੀ ਸੁਣਦੇ ਆ ਨਾ, ਤਾਂ ਉਹਨਾਂ ਦੇ ਮਨ ਦੇ ਅੰਦਰ ਵਲਵਲੇ ਉੱਠਣ ਲੱਗ ਪੈਂਦੇ ਆ, ਜਿਹੜੇ ਇੱਥੇ ਰਹਿੰਦੇ ਆ ਉਹਨਾਂ ਦੇ ਵੀ, ਜਿਨ੍ਹਾਂ ਨੇ ਇੱਥੇ ਆਉਣਾ ਹੈ ਉਹਨਾਂ ਦੇ ਵੀ, ਜਿਹੜੇ ਇੱਥੇ ਆਉਣ ਦੇ ਉਤਸੁਕ ਨੇ ਉਹਨਾਂ ਦੇ ਵੀ ਇੱਛੁਕ ਨੇ। 1989 ਦੇ ਵਿੱਚ ਤੁਸੀਂ ਕੈਨੇਡਾ ਪਹਿਲੀ ਵਾਰ ਕਦਮ ਰੱਖਿਆ ਸੀ, ਇਫ ਆਈ ਐਮ ਨੋਟ ਰੋਂਗ, ਹੈ ਨਾ? ਜੀ ਜੀ। ਸੋ ਉਦੋਂ ਕੈਨੇਡਾ ਕਿਸ ਤਰ੍ਹਾਂ ਦਾ ਸੀ, ਹੁਣ ਇਹਨੇ ਵਕਫੇ ਦੇ ਵਿੱਚ ਕਿਵੇਂ ਦੇਖਦੇ ਹੋ? ਜੇ ਅਸੀਂ ਕੈਨੇਡਾ ਦੀ ਬਿਊਟੀ ਦੀ ਗੱਲ ਕਰੀਏ ਜੀ, ਉਵੇਂ ਦੀ ਉਵੇਂ ਹੀ ਆ, ਕੈਨੇਡਾ ਉੱਥੇ ਹੀ ਖੜਾ ਹੈ ਜੀ। ਕੀ ਆ ਕਿ ਕੁਝ ਚੀਜ਼ਾਂ ਜਿਹੜੀਆਂ ਸਾਨੂੰ ਇੱਥੇ ਆ ਕੇ ਸਿੱਖਣੀਆਂ ਚਾਹੀਦੀਆਂ ਜੀ, ਉਹ ਅਸੀਂ ਜਿਹੜੀ ਸਾਡੀ ਮਜਬੂਰੀ ਆ ਸਿਸਟਮ ਦੀ, ਕੁਝ ਮਜਬੂਰੀ ਲਾਅ ਕਾਨੂੰਨ, ਉਹ ਤਾਂ ਅਸੀਂ ਉੱਥੇ ਹੀ ਖੜ ਗਏ, ਬਸ ਅਸੀਂ ਉਹੀ ਸਿੱਖਦੇ ਹਾਂ। ਜੋ ਸਾਨੂੰ ਹੋਰ ਕੁਝ ਸਿੱਖਣਾ ਚਾਹੀਦਾ ਚੰਗੀਆਂ ਚੀਜ਼ਾਂ, ਉਹ ਅਸੀਂ ਸਿੱਖਦੇ ਨਹੀਂ। ਅਸੀਂ ਹਾਲਾਂਕਿ ਕੁਛ ਜਿਹੜੀਆਂ ਮਾੜੀਆਂ ਚੀਜ਼ਾਂ ਨੇ ਉਹ ਅਸੀਂ ਇੱਥੇ ਨਾਲ ਦੀ ਨਾਲ ਲੈ ਕੇ ਆਉਂਦੇ ਹਾਂ, ਸਾਨੂੰ ਉਹ ਉੱਥੇ ਹੀ ਛੱਡ ਕੇ ਆਉਣੀਆਂ ਚਾਹੀਦੀਆਂ। ਮੈਂ ਨਹੀਂ ਕਹਿੰਦਾ ਸਾਡਾ ਦੇਸ਼ ਮਾੜਾ, ਪਰ ਸਿਸਟਮ, ਜਿਹੜੀ ਸਿਸਟਮ ਦੀ ਗੱਲ ਆ, ਉਹ ਸਾਨੂੰ ਇੱਥੇ ਦੇ ਆ ਕੇ ਸਿਸਟਮ ਦੇ ਵਿੱਚ ਢਲਦੇ ਹੋਏ ਸਾਨੂੰ ਜਿਹੜੀਆਂ ਮਾੜੀਆਂ ਚੀਜ਼ਾਂ ਮਾੜੀਆਂ ਹੈਬਿਟਸ ਆ ਉਹ ਤਿਆਗ ਦੇਣੀਆਂ ਚਾਹੀਦੀਆਂ। ਔਰ ਮੈਂ ਬਹੁਤ ਜ਼ਿਆਦਾ, ਤੁਸੀਂ ਮੈਨੂੰ ਸਵਾਲ ਕੀਤਾ ਕਿ 89 ਤੋਂ ਲੈ ਕੇ ਹੁਣ ਤੱਕ ਕੀ ਫਰਕ ਹੈ, ਮੈਂ 89 ਤੋਂ ਲੈ ਕੇ ਹੁਣ ਤੱਕ ਦੀ ਲਾਈਫ ਦੇ ਵਿੱਚ ਕੈਨੇਡਾ ਦਾ ਜਿਹੜਾ ਬਹੁਤ ਜ਼ਿਆਦਾ ਬਦਲਾਅ ਦੇਖ ਲਿਆ।
ਉਹਦੇ ਵਿੱਚ ਜਿਹੜਾ ਇੱਕ ਸਿਸਟਮ ਹੈ ਪਿਆਰ ਸਤਿਕਾਰ ਰਿਸਪੈਕਟ ਜੀ ਆਇਆ ਥੈਂਕ ਯੂ ਉਹ ਚੀਜ਼ਾਂ ਅਸੀਂ ਗਵਾ ਲਈਆਂ ਕਿਉਂਕਿ ਉਹਦਾ ਭਰਮਾਰ ਸਾਡੀ ਇੱਥੇ ਵੱਧ ਗਈ ਆ ਚੰਗੀ ਗੱਲ ਆ ਜੇ ਇਹ ਸਾਨੂੰ ਖੁੱਲ੍ਹ ਦਿੰਦੀ ਹੈ ਇਹ ਕੰਟਰੀ ਤਾਂ ਇੱਥੇ ਹਰ ਇੱਕ ਨੂੰ ਆਉਣ ਦਾ ਅਧਿਕਾਰ ਹੈ ਹਰ ਇੱਕ ਨੂੰ ਰਹਿਣ ਦਾ ਅਧਿਕਾਰ ਹੈ ਪਰ ਅਸੀਂ ਆਪਣੇ ਆਪ ਵਰਕ ਕਰੀਏ ਵੀ ਜਿਹੜੀਆਂ ਚੀਜ਼ਾਂ ਜਾ ਕੇ ਇੱਥੇ ਆ ਕੇ ਸਾਡੇ ਸਿਸਟਮ ਨੂੰ ਖਰਾਬ ਕਰਦੀਆਂ ਕਰਪਸ਼ਨ ਵੀ ਉਹਦੇ ਵਿੱਚ ਆਉਂਦੀ ਹੈ ਅਸੀਂ ਕਰਪਸ਼ਨ ਨੂੰ ਬਹੁਤ ਉੱਪਰ ਚੁੱਕ ਕੇ ਲੈ ਗਏ ਸਾਡੀ ਕਮਿਊਨਿਟੀ ਅਸੀਂ ਉਹ ਚੀਜ਼ਾਂ ਤਿਆਗੀਏ ਸਤਿਕਾਰ ਲੈ ਕੇ ਆਈਏ ਪਿਆਰ ਲੈ ਕੇ ਆਈਏ ਭਾਈਚਾਰਾ ਲੈ ਕੇ ਆਈਏ ਸਾਡਾ ਕਲਚਰ ਬੜਾ ਰਿਚ ਹੈ ਉਹ ਚੀਜ਼ਾਂ ਅਸੀਂ ਹੁਣ ਮਿਸ ਕਰਦੇ ਕਰਕੇ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਪੰਜਾਬੀ ਬੋਲੀ ਨੂੰ ਪੰਜਾਬੀ ਕਲਚਰ ਨੂੰ ਅਸੀਂ ਮਿਸ ਕਰਦੇ ਹਾਂ ਅਸੀਂ ਇਹਨੂੰ ਆਪਣੇ ਸ਼ਾਬਾਸ਼ ਇਹ ਨਹੀਂ ਦੇ ਰਹੇ ਵੀ ਹਾਂ ਬਈ ਅਸੀਂ ਤਾਂ ਕਮਾਲ ਆ ਕਮਾਲ ਇੱਥੇ ਕੋਈ ਨਹੀਂ ਸਾਡੀ ਮਜਬੂਰੀ ਆ ਪਰ ਅਸੀਂ ਉਹਨਾਂ ਚੀਜ਼ਾਂ 'ਤੇ ਵਰਕ ਕਰੀਏ ਜਿਹੜੀਆਂ ਚੀਜ਼ਾਂ ਸਾਨੂੰ ਅੱਗੇ ਲੈ ਕੇ ਜਾਣ ਅਤੇ ਸਾਡੀ ਕੰਟਰੀ ਸਾਡੇ ਦੇਸ਼ ਨੂੰ ਅੱਗੇ ਲੈ ਕੇ ਜਾਣ ਅੱਛਾ ਹੁਣ ਜਿਹੜੇ ਲੋਕ ਆਉਂਦੇ ਆ ਜਾਂ ਲੋਕ ਗੱਲਾਂ ਸੁਣਦੇ ਆ ਜਾਂ ਸੋਸ਼ਲ ਮੀਡੀਆ 'ਤੇ ਇੱਕ ਪ੍ਰਭਾਵ ਇੱਕ ਇੰਪ੍ਰੈਸ਼ਨ ਦੇਖਣ ਨੂੰ ਮਿਲਦਾ ਆਲਵੇਜ਼ ਕਿ ਕੰਮ ਨਹੀਂ ਹੈਗਾ ਹੁਣ ਲੋਕ ਡਿਪਰੈਸ ਹੋ ਗਏ ਕੀ 1989 ਦੇ ਵਿੱਚ ਜਾਂ 2000 ਦੇ ਵਿੱਚ ਜਾਂ 90 ਦੇ ਵਿੱਚ ਇੰਨਾ ਸੌਖਾ ਸੀ ਕੰਮ ਮਿਲਣਾ ਕਿ ਆਉਂਦੇ ਹੀ ਪੈਸੇ ਆ ਜਾਂਦੇ ਸੀ ਜੀ ਜੀ ਬਿਲਕੁਲ ਨਹੀਂ ਆਉਂਦੇ ਆ ਪੈਸੇ ਤਾਂ ਨਹੀਂ ਸੀ ਆਉਂਦੇ ਕੰਮ ਤਾਂ ਉਦੋਂ ਵੀ ਲੱਭਣਾ ਪੈਂਦਾ ਸੀਗਾ ਜੀ ਕਿਹੜਾ ਕੰਮ ਠੀਕ ਹੈ ਕਿਹਦਾ ਅੱਗੇ ਫਿਊਚਰ ਠੀਕ ਹੈ ਔਰ ਕਿਹੜੇ ਕੰਮ 'ਚ ਪੈਸੇ ਜ਼ਿਆਦਾ ਆ ਔਰ ਦੂਸਰੀ ਗੱਲ ਨਾਲ ਦੀ ਨਾਲ ਮੈਂ ਇਹ ਵੀ ਕਹੂੰਗਾ ਕਿ ਕੰਮ ਵੈਸੇ ਕੰਮ ਹੀ ਹੁੰਦਾ ਭਾਵੇਂ ਉਹ ਕਲੀਨਅਪ ਦਾ ਵੀ ਕੰਮ ਕਿਉਂ ਨਾ ਹੋਵੇ ਮੈਂ ਖੁਦ ਕੀਤਾ ਹੋਇਆ ਮੈਂ ਇੱਥੇ ਆ ਕੇ ਖੁਦ ਕਲੀਨਅਪ ਕੀਤੀ ਹੋਈ ਡਬਲ ਡਬਲ ਸ਼ਿਫਟ ਮੈਂ ਕੰਮ ਕੀਤਾ ਔਰ ਜਿਹੜਾ ਬੰਦਾ ਇਹਨਾਂ ਕੰਟਰੀਜ਼ ਦੇ ਵਿੱਚ ਕੰਮ ਕਰਦਾ ਉਹ ਕਹਿੰਦਾ ਬਟ ਫਿਰ ਵੀ ਆਪਾਂ ਅੱਗੇ ਅੱਗੇ ਕਿੱਦਾਂ ਵਧਣਾ ਅੱਗੇ ਵਧਣ ਵਾਲੇ ਕਿੱਥੇ ਕਿੱਥੇ ਕਿਹੜੇ ਆ ਇੱਕ ਬੰਦਾ ਉਹ ਸਾਰੀ ਉਮਰ ਲੇਬਰ ਕਰਦਾ ਵਿਚਾਰਾ ਪਰ ਉਹ ਕੰਮ ਕਰਦਾ ਕੋਈ ਗਲਤ ਨਹੀਂ ਪਰ ਉਹ ਹੈਂਡ ਟੂ ਮਾਊਥ ਰਹਿ ਜਾਂਦਾ ਕੁਝ ਇੱਦਾਂ ਦੇ ਕੰਮ ਹੁੰਦੇ ਆ ਤੁਹਾਨੂੰ ਬਹੁਤ ਅੱਗੇ ਲੈ ਜਾਂਦੇ ਆ ਜੀ ਇਹ ਚੀਜ਼ਾਂ ਅੱਗੇ ਵਧਣ ਵਾਲੀਆਂ ਜਿਹੜੀਆਂ ਤਰੱਕੀ ਕਰਨ ਵਾਲੀਆਂ ਉਹ ਚੀਜ਼ਾਂ ਸਾਨੂੰ ਜ਼ਰੂਰ ਪਤਾ ਹੋਣੀਆਂ ਚਾਹੀਦੀਆਂ ਕੰਮ ਉਦੋਂ ਵੀ ਸੌਖਾ ਨਹੀਂ ਸੀ ਮਿਲਦਾ ਹੁਣ ਕੀ ਹੋ ਗਿਆ ਕਿ ਹੁਣ ਪਾਪੂਲੇਸ਼ਨ ਜ਼ਿਆਦਾ ਵੱਧ ਗਈ ਜਿਹੜਾ ਤੁਹਾਡਾ ਸਵਾਲ ਆ ਜੀ ਪਾਪੂਲੇਸ਼ਨ ਜ਼ਿਆਦਾ ਵੱਧ ਗਈ ਅਤੇ ਕੰਮ ਕਾਰ ਜਿਹੜੇ ਉਵੇਂ ਜਿਹੜੀ ਇੰਡਸਟਰੀ ਆ ਉਵੇਂ ਨਹੀਂ ਵਧੀ ਇੱਕਦਮ ਇਹਨਾਂ ਨੇ 8-10 ਸਾਲ ਦੇ ਵਿੱਚ ਬਹੁਤ ਜ਼ਿਆਦਾ ਈਜ਼ੀ ਕਰਤਾ ਲੋ ਕਾਨੂੰਨ ਈਜ਼ੀ ਕਰਤਾ ਬਹੁਤ ਸਾਰਾ ਸਾਡੇ ਬੱਚੇ ਆ ਗਏ ਚੰਗੀ ਗੱਲ ਹੈ ਇਹ ਕਾਮਯਾਬ ਹੋਣ ਪਰ ਜਿੰਨੇ ਬੱਚੇ ਜਿੰਨੇ ਪਰਿਵਾਰ ਆ ਗਏ ਉਵੇਂ ਦੇ ਨਹੀਂ ਕੰਮ ਕਾਰ ਅੱਗੇ ਕ੍ਰੀਏਟ ਨਹੀਂ ਕੀਤੇ ਇੰਡਸਟਰੀ ਆਪਣੀ ਕੀਤੀ ਅਤੇ ਉਸ ਚੀਜ਼ ਦੀ ਪ੍ਰੋਬਲਮ ਆਈ ਆ ਔਰ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਇਹ ਚੀਜ਼ਾਂ ਹੌਲੀ ਹੌਲੀ ਹੱਲ ਹੋ ਜਾਣਗੀਆਂ ਬਹੁਤ ਜ਼ਿਆਦਾ ਇਲਾਕੇ ਹੈਗੇ ਆ ਜਿਹੜੇ ਟੋਰਾਂਟੋ ਤੋਂ BC ਤੋਂ ਬਾਹਰ ਛੋਟੇ ਸ਼ਹਿਰ ਵੱਸਦੇ ਆ ਉੱਧਰ ਨੂੰ ਅਸੀਂ ਜਾਣਾ ਨਹੀਂ ਚਾਹੁੰਦੇ ਵੀ ਅਸੀਂ ਆਪਣੇ ਜਿੱਥੇ ਸਾਡਾ ਭਾਈਚਾਰਾ ਜਿੱਥੇ ਸਾਡੇ ਆਪਣੇ ਆ ਉੱਥੇ ਰਹਿਣਾ ਚਾਹੁੰਦੇ ਕੰਫਰਟ ਤੋਂ ਬਾਅਦ ਜੀ ਜੀ ਅੱਛਾ ਮਨ ਦੀ ਇੱਛਾ ਹੁੰਦੀ ਹੈ ਨਾ ਜਦੋਂ ਸਾਰੀਆਂ ਪੂਰੀਆਂ ਹੋ ਜਾਣ ਫਿਰ ਵੀ ਰਿਸ਼ਤਿਆਂ ਨੂੰ ਲੈ ਕੇ ਕੰਮਾਂ ਨੂੰ ਲੈ ਕੇ ਗੱਲਾਂ ਬਾਤਾਂ ਨੂੰ ਲੈ ਕੇ ਅਸੀਂ ਨਿਰਾਸ਼ ਕਿਉਂ ਆ ਸਾਡੇ 'ਚ ਡਿਪਰੈਸ਼ਨ ਕਿਉਂ ਹੈ ਅਸੀਂ ਤਾਂ ਚੜ੍ਹਦੀ ਕਲਾ ਕਰਕੇ ਜਾਣੇ ਜਾਂਦੇ ਸੀਗੇ ਅਤੇ ਇਹ ਜਿਹੜਾ ਨਿਰਾਸ਼ ਵਰਡ ਹੈ ਇਹ ਕਿਉਂ ਯੂਜ਼ ਕੀਤਾ ਜਾਂਦਾ ਡਿਪਰੈਸ਼ਨ ਜਿਹੜੀ ਨਿਰਾਸ਼ਾ ਹੈ ਉਹ ਉਹਦਾ ਰੀਜ਼ਨ ਇਹ ਹੈ ਜੀ ਕਿ ਜਦੋਂ ਮੈਂ ਸੁਰਤ ਸੰਭਾਲੀ ਸੀ ਹਾਂਜੀ ਮੈਂ ਜਿਹੜਾ ਸਾਡਾ ਕਲਚਰ ਸੀ ਉਹ ਇੱਦਾਂ ਸੀਗਾ ਵੀ ਜਿਹੜਾ ਬੰਦਾ ਜਿੱਥੇ ਬੈਠਾ ਮੈਂ ਇੱਕ ਕਿਸਾਨੀ ਪਰਿਵਾਰ ਦੇ ਵਿੱਚ ਜਨਮ ਲਿਆ ਮੈਂ ਜਾਂ ਆਪਣੀ ਗੱਲ ਹੀ ਕਰਦਾ ਕਿ ਮੇਰਾ ਬਚਪਨ ਉੱਥੇ ਗੁਜ਼ਰਿਆ ਵੀ ਉਦੋਂ ਸੰਤੁਸ਼ਟੀ ਸੀ ਭਾਵੇਂ ਕਿਸੇ ਕੋਲ 2 ਏਕੜ ਹੈ 4 ਹੈ ਉਹ ਕਹਿੰਦਾ ਮੈਂ ਰੋਟੀ ਖਾ ਰਿਹਾ ਔਰ ਰੋਟੀ ਖਾਣ ਤੱਕ ਉਹ ਸੀਮਤ ਸੀਗਾ ਯਾਰ ਮੈਂ ਖੁਸ਼ ਹਾਂ ਮੇਰੀ ਹੁਣ ਸੋਹਣੀ ਆ ਗਈ ਫਸਲ ਹਾੜੀ ਆ ਗਈ ਮੈਂ ਇੰਨੇ ਕੁ ਪੈਸੇ ਵੱਟ ਲਏ ਅਤੇ ਮੇਰਾ ਹੁਣ ਦੁੱਧ ਇੰਨੇ ਮੇਰੇ ਕੋਲ ਮੱਝਾਂ ਨੇ ਆਈ ਐਮ ਹੈਪੀ ਇਹ ਜਿਹੜਾ ਡਿਪਰੈਸ਼ਨ ਆਇਆ ਜਿਹੜਾ ਪਿਆਰ ਖੰਭ ਲਾ ਕੇ ਉੱਡ ਗਿਆ ਨਫ਼ਰਤ ਇਹ ਆ ਗਈ ਅੱਗੇ ਵਧਣ ਜਦੋਂ ਅਸੀਂ ਅੱਗੇ ਵਧਣਾ ਪਰ ਇਹ ਅੱਗੇ ਵਧਣਾ ਇਹ ਨਹੀਂ ਕਹਿੰਦਾ ਕਿ ਤੁਸੀਂ ਦੂਜੇ ਬੰਦੇ ਨੂੰ ਠਿੱਬੀ ਲਾ ਕੇ ਉਹਨੂੰ ਮੂੰਹ ਭਰ ਸੁੱਟ ਕੇ ਉਹਦੇ ਦੰਦ ਤੋੜ ਦਿਓ ਅਤੇ ਆਪ ਲੰਘ ਜਾਓ ਨੋ ਅੱਗੇ ਵਧੋ ਮਿਹਨਤ ਕਰੋ ਇਹ ਕੰਟਰੀਆਂ ਸਿਖਾਉਂਦੀਆਂ ਨੇ ਪਰ ਕਿਸੇ ਭਾਈ ਭਰਾ ਨੂੰ ਦਿਖਾਵਾ ਕਰਨਾ ਉਹਨੂੰ ਠਿੱਬੀ ਲਾ ਕੇ ਸੁੱਟਣਾ ਉਹਦੇ ਉੱਪਰ ਦੀ ਕਹਿਣਾ ਮੈਂ ਤੈਨੂੰ ਰਿਚ ਹਾਂ ਮੇਰੇ ਕੋਲ ਵੱਡੀ ਗੱਡੀ ਆ ਮੇਰੇ ਕੋਲ ਤੈਨੂੰ ਵੱਡਾ ਘਰ ਆ ਮੈਂ ਬ੍ਰਾਂਡਡ ਕੱਪੜੇ ਪਾਉਣਾ ਉਹ ਚੀਜ਼ਾਂ ਤੋਂ ਹਾਂ ਜੋ ਮਰਜ਼ੀ ਪਾਓ ਵੱਡੇ ਘਰ ਬਣਾਓ ਪਰ ਸਭ ਨੂੰ ਨਾਲ ਲੈ ਕੇ ਚੱਲੋ ਅੱਛਾ ਕੈਨੇਡਾ ਦੀ ਇੰਨੀ ਗੱਲ ਕਰਨਾ ਲਾਜ਼ਮੀ ਇਸ ਕਰਕੇ ਬਣ ਜਾਂਦਾ ਹੈ ਕਿਉਂਕਿ ਬੜੀ ਖੂਬਸੂਰਤ ਫਿਲਮ October 27 ਨੂੰ ਸਿਨੇਮਾ ਘਰਾਂ ਦੇ ਵਿੱਚ ਸਰਦਾਰਾ ਇਨਸਾਨ ਰਿਲੀਜ਼ ਹੋ ਰਹੀ ਹੈ ਜਿਹਦੇ ਵਿੱਚ ਸਟਰਗਲ ਦੀ ਰਿਸ਼ਤਿਆਂ ਦੀ ਪ੍ਰੋਬਲਮਸ ਦੀ ਗੱਲਾਂ ਬਾਤਾਂ ਲੋਕਾਂ ਨੂੰ ਦੇਖਣ ਨੂੰ ਮਿਲਣਗੀਆਂ ਸੋ ਪਹਿਲਾਂ ਤਾਂ ਫਿਲਮ ਦਾ ਕਿਰਦਾਰ ਕੀ ਕਹਿੰਦਾ ਅਤੇ ਉਹ ਕਿਰਦਾਰ ਤੁਹਾਡੀ ਅਸਲ ਜ਼ਿੰਦਗੀ ਦੇ ਨਾਲ ਕਿਵੇਂ ਰਿਲੇਟ ਕਰਦਾ ਕਿਉਂਕਿ ਤੁਹਾਡਾ ਤਾਂ ਆਪਣਾ ਵਕਫਾ ਕੈਨੇਡਾ ਦਾ ਬਥੇਰਾ ਹੈ ਜੀ 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 ਸਰਦਾਰਾ ਇਨਸਾਨ ਜਿਹੜੀ ਫਿਲਮ ਆਈ ਇਹ ਬੜੇ ਇੱਕ ਬੜੀ ਮਿਹਨਤ ਦੇ ਨਾਲ ਬਣੀ ਔਰ ਜਿਹੜੀ ਇਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਇੱਕ ਵਿਸ਼ੇਸ਼
चीज़ है वो ये है कि वो कैनेडा की फिल्म है जी। कैनेडा के सरी शहर च बनी है और पंजाब तो बाहर परदेसी कितने भी वसते हैं पंजाबी परदेसा दे विच वो हर एक इंसान के नाल जी इस फिल्म की कहानी रिलेट करेगी। जिहड़ा भी बंदा इस फिल्म नूं देखूगा उहनूं ऐ लगेगा यार ये तो मेरे ना मेरी कहानी लगती है जां मेरे किसी अपने की कहानी लगती है जां मैं उन्हां नूं जानदा है उन्हां की कहानी लगती है। तो इहदा मतलब यह है कि हर बंदा ही रिलेट करेगा उहनूं लगेगा भी यार फिल्म तो साढ़े लिए बनी यार ये साड़ी गल है ये साड्यां दी गल है। तो नाल दी नाल ये फिल्म जिहड़ी है एक बहुत जिंदगी किवें जीउणी है प्यार नाल सांझ नाल सारा भाईचारा साढ़े बजुर्ग जिहड़े घर दे विच बैठे होण तो जे असीं उहनां नूं उस तरीके नाल रिस्पैक्ट दईए तो तुहानूं इह लगेगा वी साढ़े घर च रब वसदा। तो जदों असीं बच्चों नूं पालण की गल करिए बच्चों नूं असीं बड़े रूह दे नाल पालदे हाँ बड़े चाहवां दे नाल पालदे उहनां नूं वड्डे हुंदे देखना चाहुंदे हाँ पर जदों बच्चे वड्डे हुंदे आ उदों फिर दुनिया बदल जांदी है। तो यह जिहड़ी फिल्म आ इह इही सिखाउंदी आ कि किवें इकट्ठियां रहना किवें प्यार दे नाल रहना मुहब्बत प्यार दियां बातां पाउंदी होई एक कहानी है। क्या बात अच्छा सत्कार दी जदों असीं गल करदे आ ना ते सब तो पहलां सानूं अपना पंजाब अपने वडेरे अपना पिंड अपनियां यादां याद आउंदियां सानूं पता एक दूसरे नूं रिस्पैक्ट किद्दां करना है सत्कार किद्दां देना है। जी, जी, जी। जदों असीं पंजाब दे विच हुंने आ की सानूं उदों पंजाब रंगला पंजाब लगदा है या जदों असीं इन्हां मुल्कां दे विच आ के कुछ समां बिता लैंदे आ तां अंदरले जज्बात सानूं रंगला पंजाब जिहड़ा रंगला पंजाब आ जी मैं भावें उस गाने विच उदों मैं खूबियां जिहड़ियां पंजाब दीआं खूबियां उहनां दा मैं वर्णन कीता सी पर रंगला शब्द दा मतलब है बहुत रंगा रंगां वाला पंजाब रंगीला पंजाब और जिहड़े रंग हुंदे आ जी उह फिर रंग कई तरहां दे हुंदे आ और हाँ ਜਦੋਂ ਅਸੀਂ ਇੱਥੇ ਰਹਿੰਦੇ ਹਾਂ ਤਾਂ ਫਿਰ ਸਾਨੂੰ ਰੰਗਲੇ ਪੰਜਾਬ ਨੂੰ ਅਸੀਂ ਪਿਆਰ ਇਹ ਸਾਦਾ ਕਰਨ ਲੱਗ ਪੈਂਦੇ ਹਾਂ ਉਹਦਾ ਰੀਜ਼ਨ ਇਹ ਹੈ ਕਿ ਜਦੋਂ ਤੁਸੀਂ ਆਪਣੀ ਦੋਸਤੀ ਲਾ ਲਓ ਉਹ ਸਾਡੀ ਮਦਰ ਭੂਮੀ ਹੈ ਸਾਡੀ ਜੰਮਣ ਭੂ ਹੈ ਸਾਡਾ ਵਤਨ ਹੈ ਅਤੇ ਜਦੋਂ ਅਸੀਂ ਉਹਨੂੰ ਵੀ ਛੱਡ ਕੇ ਆਏ ਹਾਂ ਸਾਨੂੰ ਉਹ ਹੋਰ ਪਿਆਰਾ ਲੱਗਣ ਲੱਗ ਪੈਂਦਾ ਕੋਈ ਵੀ ਸੱਜਣ ਲਾ ਲਓ ਕੋਈ ਵੀ ਆਪਣਾ ਲਾ ਲਓ ਜਦੋਂ ਅਸੀਂ ਥੋੜ੍ਹੇ ਜਿਹਾ ਉਹ ਤੋਂ ਦੂਰ ਹੁੰਦੇ ਹਾਂ ਸਾਨੂੰ ਉਹਦੀਆਂ ਯਾਦਾਂ ਇੱਦਾਂ ਆਉਣ ਲੱਗ ਪਈਆਂ ਸਾਨੂੰ ਬਹੁਤ ਪਿਆਰ ਆਉਣ ਲੱਗ ਪੈਂਦਾ ਜਦੋਂ ਨੇੜੇ ਹੁੰਦੇ ਹਾਂ ਸ਼ਾਇਦ ਮੈਂ ਨਹੀਂ ਕਹਿੰਦਾ ਨਫ਼ਰਤ ਕਰਦੇ ਹਾਂ ਪਰ ਉਹ ਜਿਹੜਾ ਪਿਆਰ ਦੂਰ ਕਿਸੇ ਚੀਜ਼ ਦਾ ਹੁੰਦਾ ਇਨਸਾਨ ਦਾ ਹੁੰਦਾ ਉਹਦਾ ਇੱਕ ਵੱਖਰਾ ਹੀ ਸਰੂਰ ਹੁੰਦਾ ਜੀ। ਇੱਦਾਂ ਹੀ ਸਾਡਾ ਜਿਹੜਾ ਪੰਜਾਬ ਹੈ ਜਦੋਂ ਅਸੀਂ ਪਰਦੇਸੀ ਹੋ ਜਾਂਦੇ ਹਾਂ ਸਾਨੂੰ ਉਹਦੇ ਨਾਲ ਹੋਰ ਇਹ ਮੁਹੱਬਤ ਜਿਹੜੀ ਜਾਗਦੀ ਹੈ। ਸੋ ਇਹਦੀ ਗੱਲਬਾਤ ਹੋਈ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਕੋਲ ਕੁਝ ਸੁਣੀਏ ਨਾ ਸੋ ਕਿਉਂ ਨਾ ਇਸੇ ਗੀਤ ਦੀਆਂ ਲਾਈਨਾਂ ਹੋ ਜਾਣ ਰੰਗਲੇ ਪੰਜਾਬ ਦੀਆਂ ਜ਼ਰੂਰ ਜੀ। ਲਓ ਜੀ ਮੈਂ ਰੰਗਲਾ ਪੰਜਾਬ ਜਿਸ ਖੇਤ ਨੂੰ ਤੁਸੀਂ ਸਾਰਿਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਸਰਬਜੀਤ ਚੀਮਾ ਦਾ ਪਤਾ ਨਹੀਂ ਕਿੰਨੇ ਕੁ ਸਾਹ ਆ ਕਿੰਨੇ ਸਾਹ ਹੋਰ ਆਉਣੇ ਆ ਰੱਬ ਕਰੇ ਤੁਹਾਨੂੰ ਬਹੁਤ ਲੰਬੀ ਤੇ ਸੋਹਣੀ ਉਮਰ ਮਿਲੇ। ਥੈਂਕ ਯੂ ਜੀ ਥੈਂਕ ਯੂ ਵੈਰੀ ਮੱਚ ਔਰ ਇਹ ਗੀਤ ਉਹ ਹੈ ਜਿਹੜਾ ਮੇਰਾ ਖਿਆਲ ਰਹਿੰਦੀ ਦੁਨੀਆ ਤੱਕ ਰਹਿਣ ਵਾਲਾ ਤੁਸੀਂ ਬਣਾਇਆ ਤੁਹਾਡੀ ਮੁਹੱਬਤ ਨੇ ਪਿਆਰ ਨੇ ਮੈਂ ਉਹਦੀ ਚੰਦ ਲੈਣਾ ਤੁਹਾਡੇ ਨਾਲ ਸ਼ੁਰੂ ਵਾਲੀ ਆ ਜੀ ਸੋਨੇ ਚ ਮੜਾਏ ਹਰੀ ਮੰਦਰ ਜੈ ਤਾਮਨੇ ਗੂੰਜਦੇ ਹਵਾਵਾਂ ਵਿੱਚ ਗੁਰੂਆਂ ਦੇ ਨਾਮ ਨੇ ਬਾਬਾ ਬੰਦਾ ਦੀਪ ਸਿੰਘ ਦੇ ਗਏ ਕੁਰਬਾਨੀਆਂ ਓਏ ਕਿੱਡਾ ਤੇਰਾ ਜੇਰਾ ਹੋ ਪੁੱਤਰਾਂ ਦੇ ਦਾਨੀਆਂ ਉਹ ਸਿੱਧਕਾਂ ਦਾ ਜਾਂਦਾ ਜਿੱਥੇ ਚਰਖਾ ਗਿੜੀ ਬੇਲੀ ਓ ਪੰਜਾਬ ਮੇਰਾ ਹਾਣੀ ਓ ਪੰਜਾਬ ਸਾਡਾ ਸੋਨੇ ਦੀ ਚਿੜੀ ਬਿਰੰਗਲੇ ਪੰਜਾਬ ਹੋ ਰੰਗਲੇ ਪੰਜਾਬ ਦਿਸੇ ਪਤ ਸੁਣਾਵਾਂ ਜੀ ਜਿੱਥੇ ਰੱਬ ਵਰ ਗਈਆਂ ਮਾਵਾਂ ਧਰਤੀ ਪੰਜ ਦਰਿਆ ਦੀ ਰਾਣੀ ਉਹ ਜਿਸ ਦਾ ਸ਼ਰਬਤ ਉਹ ਜਿਸ ਦਾ ਸ਼ਰਬਤ ਵਰਗਾ ਪਾਣੀ ਜਿਸ ਦਾ ਅੰਮ੍ਰਿਤ ਵਰਗਾ ਪਾਣੀ
ਓਏ ਬੱਲੇ 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 ਕੀ ਬਾਤ ਹੈ ਜੀ, ਥੈਂਕ ਯੂ ਸੋ ਮਚ ਨੋ ਪ੍ਰੋਬਲਮ ਤੁਹਾਡੇ ਇਸ ਖੂਬਸੂਰਤ ਗੱਲਾਂ ਦੇ ਲਈ, ਤੁਹਾਡੀ ਜਰਨੀ ਦੇ ਲਈ। ਉਸ ਫਿਰ ਫੇ ਨਹੀਂ ਹੁੰਦੀ ਗੱਲਾਂ ਬਾਤਾਂ 'ਚ ਕਿ ਜਦੋਂ ਤੁਸੀਂ ਆਪਣੇ ਐਕਸਪੀਰੀਅੰਸ ਨੂੰ ਸ਼ੇਅਰ ਕਰਦੇ ਹੋ ਤਾਂ ਤੁਹਾਡੇ ਅਹਿਸਾਸ ਉਹਦੇ ਨਾਲ ਹੀ ਜੁੜੇ ਹੁੰਦੇ ਆ, ਅਤੇ ਉਹੀ ਅਹਿਸਾਸ, ਉਹੀ ਕਹਾਣੀ, ਉਹੀ ਜਿਹੜਾ ਸਾਰਾ ਫੀਚਰ ਹੈ ਉਹ 27 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਸਰਦਾਰਾਂ ਸੰਸ ਤੋਂ ਦੇਖਣ ਨੂੰ ਮਿਲਣਾ। ਅਖੀਰ ਦੇ ਵਿੱਚ ਫਿਲਮ ਦੇ ਲਈ ਕੀ ਕਹਿਣਾ? ਬਿਲਕੁਲ ਜੀ, ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ, ਤੁਹਾਡੇ ਪੂਰੇ ਮੀਡੀਆ ਦਾ, ਪੂਰੀ ਟੀਮ ਦਾ, ਔਰ ਜਿਨ੍ਹਾਂ ਨੇ ਸਾਡਾ ਟਾਈਮ ਕੱਢ ਕੇ ਆਪਣਾ ਸਾਡੀ ਇਹ ਗੱਲਬਾਤ ਸੁਣੀ ਹੋਏਗੀ ਜਾਂ ਸੁਣਨੀ ਹੈ, ਸਾਰਿਆਂ ਦਾ ਬਹੁਤ ਬਹੁਤ ਮੇਰੇ ਦਿਲ ਤੋਂ ਧੰਨਵਾਦ, ਸ਼ੁਕਰੀਆ। ਔਰ ਸਰਦਾਰਾ ਐਂਡ ਸੰਸ ਫਿਲਮ 27 ਅਕਤੂਬਰ 2023 ਨੂੰ ਰਿਲੀਜ਼ ਹੋ ਰਹੀ ਹੈ, 3-4 ਦਿਨ ਰਹਿ ਗਏ। ਔਰ ਜਿਹਨਾਂ ਵੀਰਾਂ ਨੇ ਸਾਡੀ ਗੱਲਬਾਤ ਨੂੰ ਸੁਣਿਆ ਜ਼ਰੂਰ ਦੇਖੋ, ਔਰ ਜਿਹੜੇ ਸਿਨੇਮੇ ਦੇ ਵਿੱਚ ਨਾ ਦੇਖ ਪਾਏ ਤੁਸੀਂ ਬਾਅਦ ਦੇ ਵਿੱਚ ਜ਼ਰੂਰ ਦੇਖਿਓ ਆਪਣੇ ਆਪਣੇ ਢੰਗਾਂ ਦੇ ਨਾਲ, ਅਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਦਾਂ ਦੀਆਂ ਫਿਲਮਾਂ ਨੂੰ ਜਿਹਦੇ ਵਿੱਚ ਪਰਿਵਾਰਕ ਡਰਾਮਾ ਹੈ, ਇੱਕ ਜ਼ਿੰਦਗੀ ਜੀਉਣ ਦਾ ਤਰੀਕਾ, ਸਲੀਕਾ ਔਰ ਪਿਆਰ ਮੁਹੱਬਤ ਦੀਆਂ ਬਾਤਾਂ ਪਾਉਂਦੀ ਕਹਾਣੀ ਇਸ ਫਿਲਮ ਦੀ ਸਰਦਾਰਾ ਐਂਡ ਸੰਸ, ਅਤੇ ਤੁਸੀਂ ਦੇਖੋ ਔਰ ਬਹੁਤ ਸਾਰਾ ਪਿਆਰ ਦਿਓ ਅੱਗੇ ਤੋਂ, ਸਾਡੇ ਹੋਰ ਜਿਹੜੇ ਹੌਸਲੇ ਆ ਉਹ ਬੁਲੰਦ ਹੋਣ ਅਤੇ ਅਸੀਂ ਹੋਰ ਚੰਗੀਆਂ ਫਿਲਮਾਂ ਬਣਾ ਪਾਏ। ਵੈਰੀ ਨਾਈਸ ਜੀ, ਥੈਂਕ ਯੂ ਸੋ ਮਚ। ਆਈ ਨੋ ਕਿ ਸਕੈਜੂਲ ਵੀ ਬੜਾ ਬਿਜ਼ੀ ਹੁੰਦਾ ਅਤੇ ਪ੍ਰੋਮੋਸ਼ਨਸ ਵੀ ਰੱਜ ਕੇ ਕਰੋ, ਅਤੇ ਇੱਦਾਂ ਹੀ ਸਾਨੂੰ ਆਉਣ ਵਾਲੀਆਂ ਫਿਲਮਾਂ ਦੇ ਲਈ ਵੀ ਮਿਲਦੇ ਰਹੋ। ਥੈਂਕ ਯੂ ਸੋ ਮਚ, ਆਲ ਦਾ ਵੈਰੀ। ਥੈਂਕ ਯੂ ਵੈਰੀ ਮਚ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸੋ ਤੁਸੀਂ ਸੁਣਿਆ ਕਿ ਇਹਨਾਂ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ, ਸੋ ਤੁਹਾਡਾ ਕਿਵੇਂ ਦਾ ਹੁਣ ਚੱਲ ਰਿਹਾ ਜਾਂ ਪਹਿਲਾਂ ਸੀਗਾ, ਸਾਨੂੰ ਕਮੈਂਟ ਕਰਕੇ ਦੱਸਣਾ। ਇੰਟਰਵਿਊ ਕਿੱਦਾਂ ਦੀ ਲੱਗੀ ਇਹ ਵੀ ਦੱਸਣਾ। ਸੋ 27 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਦੇਖਣਾ ਨਾ ਭੁੱਲਣਾ ਸਰਦਾਰਾ ਐਂਡ ਸੰਸ। ਸਤਿ ਸ਼੍ਰੀ ਅਕਾਲ।